ਅਸੀਂ ਜੀ ਕੋਟ ਕੱਢਣਾ ਸ਼ੁਰੂ ਕੀਤਾ ਪਹਿਲੀ ਵਾਰੀ ਐਤਕੀ। ਸ਼ੂਗਰ ਵੱਧਦੀ ਜਾ ਰਹੀ ਆ, ਹਰ 10 ਚੋਂ 9 ਬੰਦਿਆਂ ਨੂੰ ਸ਼ੂਗਰ ਹੋ ਗਈ ਆ। ਇਸ ਕਰਕੇ ਅਸੀਂ ਸੋਚਿਆ ਵੀ ਕੁਛ ਨਾ ਕੁਛ ਆਪ ਬਚੀਏ, ਨਾਲੇ ਆਪਣੇ ਆਂਢ ਗੁਆਂਢ ਆਪਣੇ ਸੱਜਣਾਂ ਮਿੱਤਰਾਂ ਨੂੰ ਗੁੜ ਵੀ ਦੇ ਕੇ ਥੋੜ੍ਹਾ ਬਚਾਇਆ ਜਾ ਸਕੇ। ਜਿਹੜਾ ਸਾਡੇ ਪੁਰਾਣੇ ਬਜ਼ੁਰਗ ਜਿੱਦਾਂ ਵੀ ਤਿਆਰ ਕਰਦੇ ਸੀ, ਉਹਨਾਂ ਤੋਂ ਅਸੀਂ ਸਿੱਖ ਕੇ ਅਤੇ ਅਸੀਂ ਉੱਦਾਂ ਹੀ ਤਿਆਰ ਕਰ ਰਹੇ ਹਾਂ ਜੀ। ਅਤੇ ਸਾਡੇ ਕੋਲ ਪਿਓਰ ਗੋੜਿਆ ਔਰਗੈਨਿਕ ਇੱਦਾਂ ਦਾ ਹੀ ਰੰਗ ਆਇਆ ਜੀ। ਸ਼ੂਗਰ ਕਰਕੇ ਅਸੀਂ ਜ਼ਿਆਦਾ ਇਹਦਾ ਉਪਰਾਲਾ ਕੀਤਾ ਵੀ ਸ਼ੂਗਰ ਤੋਂ ਬਚਿਆ ਜਾਵੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਜਤਿੰਦਰਪਾਲ ਸਿੰਘ ਜੇਪੀ, ਪਿੰਡ ਕੋਟਲੀ ਅੰਬ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ। ਅਸੀਂ ਜੀ ਕੋਟ ਕੱਢਣਾ ਸ਼ੁਰੂ ਕੀਤਾ ਪਹਿਲੀ ਵਾਰੀ ਐਤਕੀ, ਉਹ ਵੀ ਸ਼ੂਗਰ ਦੀਆਂ ਬਿਮਾਰੀਆਂ, ਸ਼ੂਗਰ ਵੱਧਦੀ ਜਾ ਰਹੀ ਆ, ਹਰ 10 ਚੋਂ 9 ਬੰਦਿਆਂ ਨੂੰ ਸ਼ੂਗਰ ਹੋ ਗਈ ਆ। ਇਸ ਕਰਕੇ ਅਸੀਂ ਸੋਚਿਆ ਵੀ ਕੁਛ ਨਾ ਕੁਛ ਆਪ ਬਚੀਏ, ਨਾਲੇ ਆਪਣੇ ਆਂਢ ਗੁਆਂਢ ਆਪਣੇ ਸੱਜਣਾਂ ਮਿੱਤਰਾਂ ਨੂੰ ਗੁੜ ਵੀ ਦੇ ਕੇ ਥੋੜ੍ਹਾ ਬਚਾਇਆ ਜਾ ਸਕੇ। ਬਿਮਾਰੀਆਂ ਜਿਸ ਤਰੀਕੇ ਨਾਲ ਵੱਧਦੀਆਂ ਜਾ ਰਹੀਆਂ, ਤਿਆਰ ਤੁਸੀਂ ਵੇਖ ਲਿਆ ਜੀ, ਆਪਾਂ ਬਿਲਕੁਲ ਜਿਹੜਾ ਸਾਡੇ ਪੁਰਾਣੇ ਬਜ਼ੁਰਗ ਜਿੱਦਾਂ ਵੀ ਤਿਆਰ ਕਰਦੇ ਸੀ, ਉਹਨਾਂ ਤੋਂ ਅਸੀਂ ਸਿੱਖ ਕੇ ਤੇ ਅਸੀਂ ਉੱਦਾਂ ਹੀ ਤਿਆਰ ਕਰ ਰਹੇ ਹਾਂ ਜੀ। ਕੋਈ ਕੈਮੀਕਲ ਨਹੀਂ, ਕੋਈ ਕੁਛ ਨਹੀਂ। ਤਾਂ ਲੱਗਦਾ ਬਾਜ਼ਾਰਾਂ ਦੇ ਵਿੱਚ ਜਿਹੜਾ ਚਿੱਟਾ ਮਿਲਦਾ ਵਾ ਗੁੜ, ਉਹ ਜ਼ਹਿਰ ਹੁੰਦਾ, ਤੌਰ ਤੁਸੀਂ ਜਿਹੜਾ ਵਾ ਕਾਲਾ ਗੁੜ ਬਣਾ ਰਹੇ ਹੋ, ਕੀ ਫਰਕ ਕੀ ਆ ਤੇ ਇਹਦੇ ਨਾਲ ਫਾਇਦਾ ਕੀ ਕੀ ਹੁੰਦੇ ਖਾਣ? ਵੀਰ ਜੀ, ਕਿਸੇ ਨੂੰ ਆਪਾਂ ਮਾੜਾ ਨਹੀਂ ਕਹਿੰਦੇ, ਸਾਰੇ ਆਪਣੀ ਮਿਹਨਤ ਕਰਦੇ ਆ, ਪਰ ਜੋ ਸਾਡੇ ਕੋਲ ਚਿੱਟਾ ਸਾਡੇ ਕੁਮਾਰ ਦਾ ਜਾਂ ਕਿੱਦਾਂ ਸਾਡੇ ਕੋਲ ਚਿੱਟਾ ਨਹੀਂ ਗੁੜ ਬਣਿਆ, ਤੇ ਸਾਡੇ ਕੋਲ ਪਿਓਰ ਗੁੜਿਆ ਔਰਗੈਨਿਕ ਇੱਦਾਂ ਦਾ ਹੀ ਰੰਗ ਆਇਆ ਜੀ। ਫਾਇਦੇ ਕੀ ਕੀ ਨੇ ਇਹਦੇ ਖਾਣ ਦੇ? ਜਿਹੜਾ ਖਾਣ ਦੇ ਫਾਇਦੇ, ਅੱਜ ਕੱਲ੍ਹ ਵੀ ਸ਼ੂਗਰ ਦੀ ਮੇਨ ਪ੍ਰੋਬਲਮ ਤਾਂ ਸ਼ੂਗਰ ਦੀ ਹੈ ਜੀ। ਸ਼ੂਗਰ ਕਰਕੇ ਅਸੀਂ ਜ਼ਿਆਦਾ ਇਹਦਾ ਉਪਰਾਲਾ ਕੀਤਾ ਵੀ ਸ਼ੂਗਰ ਤੋਂ ਬਚਿਆ ਜਾਵੇ। ਬਾਕੀ ਅਸੀਂ ਗੁੜ, ਸਬਜ਼ੀ, ਦੁੱਧ, ਹਰ ਚੀਜ਼ ਅਸੀਂ ਆਪਣੇ ਘਰ ਦੀ ਤਿਆਰ ਕਰ ਰਹੇ ਹਾਂ। ਤੁਹਾਡੇ ਵੱਲ ਵੇਖ ਕੇ ਹੋਰ ਵੀ ਪਿੰਡ ਦੇ ਕਿਸਾਨ? ਹਾਂਜੀ ਹਾਂਜੀ, ਆਪਣੇ ਸੱਜਣ ਮਿੱਤਰ ਆ 10-12 ਜਾਣੇ ਸਾਡੇ ਇੱਥੇ ਕੋਲ ਹੀ ਰਹਿੰਦੇ ਸਾਰਾ ਦਿਨ। ਉਹ ਵੀ ਵੇਖ ਕੇ ਕਹਿ ਰਹੇ ਵੇਖ ਹਾਂਜੀ ਉਹ ਵੀ ਕਹਿੰਦੇ ਵੀ ਅਗਲੇ ਸਾਲ ਤੋਂ ਅਸੀਂ ਵੀ ਆਪਣਾ ਕੋਈ ਥੋੜਾ ਬਹੁਤਾ ਕਨਾਲ ਦੋ ਕਨਾਲ ਲਾਵਾਂਗੇ। ਲੱਗਦਾ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਇਹ ਉਪਰਾਲਾ ਕਰਨਾ? ਹਾਂਜੀ ਜ਼ਰੂਰ ਜੀ, ਆਪਣੇ ਬਜ਼ੁਰਗ ਕਰਦੇ ਸੀ ਤੇ ਉਹ ਕਿੰਨੀ ਕਿੰਨੀ ਲੰਮੀ ਉਮਰ ਹੰਢਾ ਕੇ ਜਾਂਦੇ, ਅੱਜ ਕੱਲ 35-40 ਸਾਲ ਦੇ ਕਹਿੰਦੇ ਜੀ ਗੋਡੇ ਖਰਾਬ ਹੋ ਗਏ ਆ ਜੀ, ਸ਼ੂਗਰ ਹੋ ਗਈ ਆ ਜੀ, ਹਾਰਟ ਅਟੈਕ ਹੋ ਗਿਆ ਜੀ, ਤੇ ਸਟੰਟ ਪੈਣੇ ਆ ਜੀ, ਇਦਾਂ ਉਹ ਤੋਂ ਥੋੜਾ ਬਹੁਤਾ ਬਚਿਆ ਜਾ ਸਕਦਾ ਜੀ। ਮੇਰਾ ਨਾਮ ਰਮਨਜੀਤ ਸਿੰਘ, ਮੈਂ ਫੌਜ ਚੋਂ ਰਿਟਾਇਰ ਆਇਆ, 20 ਸਾਲ ਨੌਕਰੀ ਕਰਕੇ ਆਇਆ ਤੇ ਆ ਕੇ ਛੋਟਾ ਜਿਹਾ ਸੈਟਅਪ ਲਾਇਆ, ਇੱਕ ਪਿੰਡ ਵਾਸਤੇ ਲਾਇਆ ਜਾਂ ਘਰ ਵਾਸਤੇ ਲਾਇਆ, ਜਿਹੜਾ ਪਿੰਡ ਸਾਡਾ ਇੱਕ ਘਰ ਹੀ ਆ। ਤੇ ਮੇਰਾ ਇਹ ਉਪਰਾਲਾ ਵੀ ਮੈਂ ਆਪਣੇ ਪਿੰਡ ਦੇ ਵਿੱਚ ਹਰ ਘਰ ਦੇ ਵਿੱਚ 5-10 ਕਿਲੋ ਗੁੜ ਜਿਹੜਾ ਮੈਂ ਦੇ ਸਕਾਂ। ਇਹਦਾ ਫਾਇਦਾ ਕੀ ਆ? ਕਿਉਂਕਿ ਖੰਡ ਵਰਤੀ ਜਾਂਦੀ, ਉਸ ਨਾਲ ਬਿਮਾਰੀਆਂ ਦਾ ਵੀ ਫਾਇਦਾ ਕੀ ਆ? ਹਾਂਜੀ, ਖੰਡ ਦੇ ਨਾਲ ਤੇ ਪਹਿਲੀ ਗੱਲ ਸ਼ੂਗਰ ਲੈਵਲ ਜਿਹੜਾ ਆ ਸਾਰਿਆਂ ਦੇ ਵੱਧ ਜਾਂਦੇ ਆ, ਬਹੁਤ ਜ਼ਿਆਦਾ ਸ਼ੂਗਰ ਨਾਲ ਹੋਰ ਵੀ ਬਿਮਾਰੀਆਂ, ਗੋਲੀਆਂ ਖਾਂਦੇ ਉਹਨਾਂ ਲੀਵਰ ਖਰਾਬ ਹੋ ਜਾਂਦੀ, ਅੱਖਾਂ ਖਰਾਬ ਹੋ ਜਾਂਦੀਆਂ। ਇਹ ਕਰਕੇ ਜਿਹੜਾ ਗੁੜ ਹੈ ਉਹ ਤੇ ਹੁਣ ਤੇ ਜ਼ਰੂਰੀ ਹੋ ਗਿਆ ਹਰ ਇੱਕ ਘਰ ਦੇ ਵਿੱਚ, ਹਰ ਇੱਕ ਬੰਦੇ ਨੂੰ ਖਾਣਾ, ਹਰ ਇੱਕ ਇਨਸਾਨ ਨੂੰ ਖਾਣਾ। ਇਸ ਤਰੀਕੇ ਨਾਲ ਵੇਖ ਲਓ ਇਹਦਾ ਫਾਇਦਾ ਕੀ ਕੀ ਹੈ ਗੁੜ ਦਾ? ਫਾਇਦਾ ਬਹੁਤ ਫਾਇਦਾ ਜੀ ਇਹਦੇ, ਇੱਕ ਤਾਂ ਬਿਮਾਰੀਆਂ ਤੋਂ ਆਪਾਂ ਛੁੱਟ ਜਾਂਦੇ ਹਾਂ, ਛੁਟਕਾਰਾ ਹੋ ਜਾਂਦਾ ਸਾਡਾ, ਇੱਕ ਹੌਸਪਿਟਲ 'ਚ ਨਹੀਂ ਜਾਣਾ ਪੈਂਦਾ ਆਪਾਂ ਨੂੰ, ਬਹੁਤ ਫਾਇਦੇ ਇਹਦੇ ਜੀ। ਇਹ ਕਿਸ ਤਰੀਕੇ ਨਾਲ ਵੇਖਦੇ ਹੋ ਅੱਜ ਜਿਹੜੇ ਨੌਜਵਾਨ ਹੈ ਮਿਹਨਤ ਕਰਨ ਤੋਂ ਭੱਜਦੇ ਆ, ਜਿਸਦੇ ਕਰਕੇ ਖੰਡ ਲੈ ਕੇ ਖਾ ਲੈਂਦੇ ਬਿਮਾਰੀਆਂ ਜਾਂ ਚਿੱਟਾ ਗੁੜ ਬਾਜ਼ਾਰੋਂ ਮਿਲ ਜਾਂਦਾ ਉਹ ਬਿਮਾਰੀਆਂ, ਤਾਂ ਕੀ ਕਿਸ ਤਰੀਕੇ ਨਾਲ? ਹਾਂਜੀ ਹਾਂਜੀ, ਮਿਹਨਤ ਤਾਂ ਚਲੋ ਲੱਗਦੀ ਆ, ਫੌਜ ਦੇ ਨਾਲੋਂ ਜ਼ਿਆਦਾ ਮਿਹਨਤ ਨਹੀਂ ਆਏ ਹੁਣ ਮੈਨੂੰ ਇੰਨਾ ਲੱਗਦਾ ਵੀ, ਜਦੋਂ ਫੌਜ ਦੇ ਇੱਥੇ ਕੰਮ ਕਰਦਾ ਮੈਨੂੰ ਇਹ ਲੱਗਦਾ ਮੈਨੂੰ ਕੋਈ ਕੰਮ ਹੀ ਨਹੀਂ ਆ। ਫੌਜ ਵਿੱਚ ਬਹੁਤ ਹਾਰਡਵਰਕ ਕਰਨਾ ਪੈਂਦਾ ਸੀ, ਤੇ ਹਰ ਇੱਕ ਨੌਜਵਾਨ ਨੂੰ ਮੈਂ ਤਾਂ ਇਹੋ ਕਹਿਣਾ ਚਾਹੁੰਦਾ ਵੀ ਥੋੜ੍ਹਾ ਬਹੁਤਾ ਸੈਟਅਪ ਆਪਣਾ ਲਾਓ, ਪਿੰਡ 'ਚ ਲਾਓ, ਘਰ 'ਚ ਲਾਓ, ਤੇ ਗੁੜ ਬਣਾਉਣ ਦੀ ਤਰੀਕੇ ਨੂੰ ਜਿਹੜਾ ਉਹ ਲਾਓ।
ਕਾਲਾ ਗੁੜ ਤੁਸੀਂ ਕੱਢ ਰਹੇ ਹੋ ਚਿੱਟੇ ਤੇ ਕਾਲੇ ਗੁੜ ਚ ਫਰਕ? ਨਹੀਂ ਕਾਲਾ ਨਹੀਂ ਕਹਿ ਸਕਦੇ, ਕਾਲੀ ਚੀਜ਼ ਤਾਂ ਬਹੁਤ ਕਾਲੀ ਹੁੰਦੀ ਹੈ, ਇਹ ਬਰਾਊਨ ਕਲਰ ਦਾ ਕਹਿ ਸਕਦੇ ਆਪਾਂ, ਇੱਕ ਵਾਈਟ ਤੇ ਬਰਾਊਨ ਕਹਿ ਸਕਦੇ ਆ। ਇਹ ਬਰਾਊਨ ਕਲਰ ਦਾ ਗੁੜ ਹੈ ਜੋ ਓਰਿਜਿਨਲ ਗੁੜ ਆ, ਜੋ ਕਿ ਸੋਡੇ ਤੋਂ ਹੀ ਤਿਆਰ ਕੀਤਾ ਆ। ਸੋਡਾ ਵੀ ਬਿਲਕੁਲ ਅਸੀਂ ਥੋੜਾ ਜਿਹਾ ਲਾਉਂਦੇ ਹਾਂ, 1 ਤੋਂ 1.5 ਚਮਚਾ ਬਸ, ਤੇ ਕਾਲਾ ਨਹੀਂ ਕਹਿ ਸਕਦੇ ਇਹਨੂੰ ਅਸੀਂ। ਹੋਰ ਕਿਸਾਨਾਂ ਨੂੰ ਕੀ ਅਪੀਲ ਕਰਨਾ? ਕਿਸਾਨਾਂ ਨੂੰ ਇਹੋ ਅਪੀਲ ਆ ਵੀ ਆਪਣੇ ਘਰ ਜੋਗਾ ਥੋੜਾ ਬਹੁਤਾ ਗੰਨਾ ਲਾਓ, ਤੇ ਆਪਣੇ ਘਰ ਚ ਜਿਹੜਾ ਗੁੜ ਨੂੰ ਲਿਆਓ, ਖੰਡ ਨੂੰ ਬਿਲਕੁਲ ਹੀ ਖਤਮ ਕਰ ਦੋ, ਖੰਡ ਦੇ ਡੱਬੇ ਜਿਹੜੇ ਉਹ ਘਰਾਂ ਚੋਂ ਬਾਹਰ ਕੱਢ ਦੋ ਤੇ ਗੁੜ ਵਾਲੇ ਲੈ ਆਓ। ਆਇਆ ਕਿਹੜਾ ਪਿੰਡ ਹੈ, ਕੀ ਕਹਿਣਾ ਚਾਹੁੰਦੇ ਹੋ ਇਹ ਕਿਸਾਨ ਨੇ ਜਿਹੜਾ ਉਪਰਾਲਾ? ਮੇਰਾ ਨਾਮ ਗੁਰਚੰਦ ਸਿੰਘ ਜੀ, ਪਿੰਡ ਕੋਟਲੀਆਂ, ਤਹਿਸੀਲ ਅਜਨਾਲਾ, ਡਿਸਟ੍ਰਿਕਟ ਅੰਮ੍ਰਿਤਸਰ ਹੈ ਜੀ। ਗੁੜ ਦਾ ਉਪਰਾਲਾ ਬਹੁਤ ਵਧੀਆ ਜੀ ਵੀਰ ਨੇ ਸ਼ੁਰੂ ਕੀਤਾ ਸਾਡੇ ਪਿੰਡ ਦੇ ਵਿੱਚ, ਇਸ ਨਾਲ ਇਹਨਾਂ ਵੱਲ ਜਾਗਰੂਕ ਹੋ ਗਏ, ਹੋਰ ਵੀ ਸਾਡਾ ਪਿੰਡ ਗਾਂ ਅੱਗੇ ਤੋਂ ਸ਼ੁਰੂ ਕਰੇਗਾ ਜੀ। ਹੋਰ ਵੀ ਅਸੀਂ ਵੀ ਚਾਹਾਂਗੇ ਵੀ ਗਾਂ ਅਸੀਂ ਵੀ ਥੋੜਾ ਥੋੜਾ ਇਹਦੇ ਨਾਲ ਕੰਮ ਕਰੀਏ, ਰਲ ਕੇ ਥੋੜਾ ਬਹੁਤਾ ਕੰਮ ਜ਼ਰੂਰ ਗਾਂ ਕਰਾਂਗੇ। ਵੇਖੋ ਜੀ, ਵਾਧੀ ਆਬਾਦੀ ਦੇ ਵਿੱਚ ਜਿਹੜੀਆਂ ਆਪਣੀਆਂ ਬਿਮਾਰੀਆਂ ਵਾ ਉਹ ਤੇ ਬਹੁਤ ਜ਼ਿਆਦਾ ਵੱਧ ਰਹੀਆਂ ਵਾ। ਇਹ ਤੇ ਹਰ ਬੰਦੇ ਨੂੰ ਪਤਾ ਵਾ ਵੀ ਬਿਮਾਰੀਆਂ ਰਹਿਤ ਪੰਜਾਬ ਨੂੰ ਬਣਾਉਣਾ ਜਾਂ ਸਾਰੀ ਦੁਨੀਆ ਬਣਾਉਣੀ, ਕਿਸ ਤਰ੍ਹਾਂ ਅਸੀਂ ਬਿਮਾਰੀਆਂ ਰਹਿਤ ਰਹਿ ਸਕਦੇ ਹਾਂ। ਸ਼ੁੱਧ ਖਾਣਾ, ਸ਼ੁੱਧ ਪੀਣਾ ਤੇ ਸ਼ੁੱਧ ਪਹਿਨਣਾ, ਇਹਦੇ ਵਾਸਤੇ ਸਾਨੂੰ ਸਭ ਤੋਂ ਵਧੀਆ ਇਹੋ ਆ ਵੀ ਸਭ ਤੋਂ ਪਹਿਲਾਂ ਸਾਨੂੰ ਖਾਣ ਵੱਲ ਵੇਖਣਾ ਚਾਹੂਗਾ, ਔਰਗੈਨਿਕ ਚੀਜ਼ਾਂ ਵੇਖਣੀਆਂ ਚਾਹੂੰਗੀਆਂ, ਜਿਹੜੇ ਅਸੀਂ ਆਪਣੀਆਂ ਬਿਮਾਰੀ ਰਹਿ ਚੀਜ਼ਾਂ ਖਾਈਏ। ਇਸ ਤਰ੍ਹਾਂ ਮਤਲਬ ਕੋਈ ਸਬਜ਼ੀ ਨੂੰ ਖਾਦ ਨਾ ਪਵੇ, ਜੈਵਿਕ ਖਾਦ ਦਾ ਵੱਧ ਤੋਂ ਵੱਧ ਕੀਤਾ ਜਾਵੇ। ਅਸੀਂ ਚਾਹਾਂਗੇ ਵੀ ਅਸੀਂ ਵੀ ਆਪਣਾ ਇਸ ਦੇ ਵਿੱਚ ਆਪਣਾ ਜ਼ਿਆਦਾ ਵੱਧ ਤੋਂ ਵੱਧ ਉਪਰਾਲਾ ਦਈਏ, ਤੇ ਘੱਟ ਤੋਂ ਘੱਟ ਜ਼ਿਆਦਾ ਤੋਂ ਜ਼ਿਆਦਾ ਰੂੜੀ ਦਾ ਵਰਤੋਂ ਵੱਧ ਕਰੀਏ, ਜਿਹੜੀ ਗੋਹਾ ਹੁੰਦੀ ਗੋਹਾ ਖਾਦ ਵਰਤੀ ਦੀ ਆ, ਇਸ ਕਰਕੇ ਉਹਦੇ ਵਰਤਣ ਦੇ ਨਾਲ ਹੀ ਅਸੀਂ ਇਸ ਪੰਜਾਬ ਨੂੰ ਜ਼ਿਆਦਾ ਸ਼ੁੱਧ ਬਣਾ ਸਕਦੇ ਹਾਂ। ਲੱਗਦਾ ਖੰਡ ਵੀ ਕਿਤੇ ਨਾ ਕਿਤੇ ਮੁੱਖ ਕਾਰਨ? ਬਹੁਤ ਜ਼ਿਆਦਾ ਮੁੱਖ ਕਾਰਨ ਹੈ ਜੀ, ਕਿਤੇ ਕਿਤੇ ਨਹੀਂ, ਬਹੁਤ ਵੱਡਾ ਮੁੱਖ ਕਾਰਨ ਹੈ ਖੰਡ ਦਾ। ਅਸੀਂ ਜਿਹੜੀ ਖੰਡ ਵਰਤਦੇ ਹਾਂ, ਖੰਡ ਸਾਡੇ ਸਰੀਰ ਨੂੰ ਖੋਰਦੀ ਆ, ਹੱਡੀਆਂ ਖੋਰਦੀ ਆ, ਸਾਡੇ ਸਰੀਰ ਵਿੱਚ ਸ਼ੂਗਰ ਪੈਦਾ ਕਰਦੀ ਆ, ਸਾਡੇ ਸ਼ੂਗਰ ਲੈਵਲ ਵਧਾਉਂਦੀ ਆ। ਇਸ ਕਰਕੇ ਇਸ ਜੀਵ ਤੋਂ ਬਚਣ ਵਾਸਤੇ, ਇਸ ਖੰਡ ਤੋਂ ਬਚਣ ਵਾਸਤੇ ਸਾਨੂੰ ਗੁੜ ਦਾ ਹੀ ਉਪਰਾਲਾ ਕਰਨਾ ਚਾਹੀਦਾ ਵਾ। ਘਰ ਪ੍ਰਤੀ ਸਾਨੂੰ ਘੱਟ ਤੋਂ ਘੱਟ ਬਹੁਤਾ ਨਹੀਂ, ਤੇ ਹਰ ਬੰਦੇ ਨੂੰ ਅਸੀਂ, ਇੱਕ ਬੰਦਾ ਬਹੁਤੀ ਵਾਰ ਨਹੀਂ, ਘਰ ਦੇ ਵਿੱਚ 4 ਵਾਰ ਜਾਂ 3 ਵਾਰੀ ਚਾਹ ਬਣਾਉਂਦੇ ਹਾਂ। ਜੇ 4 ਵਾਰ ਜਾਂ 3 ਵਾਰੀ ਚਾਹ ਬਣਾਉਂਦੇ ਹਾਂ ਤਾਂ ਸਾਡਾ ਗੁੜ ਖਾਣ ਦੀ ਖਪਤ ਘੱਟ ਤੋਂ ਘੱਟ ਬੋਲੀ 1/2 ਕਿਲੋ ਖਪਤ ਖਾਣ ਦੀ ਰੋਜ਼ ਰੋਜ਼ ਕਰ ਜਾਂਦੇ ਹਾਂ। ਇਸ ਕਰਕੇ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਗੁੜ ਵਰਤਣਾ ਚਾਹੀਦਾ ਵਾ। ਗੁੜ ਵਰਤਣ ਦੇ ਨਾਲ ਸਾਡੇ ਸਰੀਰ ਦੀ ਸ਼ੁੱਧਤਾ ਹੋਏਗੀ, ਸਰੀਰ ਦੀ ਸ਼ੁੱਧਤਾ ਹੋਏਗੀ ਸਾਡੇ ਸਰੀਰ 'ਚ ਬਿਮਾਰੀ ਨਾ ਲੱਗੇਗੀ, ਉਹਦੇ ਕਰਕੇ ਅਸੀਂ ਜ਼ਿਆਦਾ ਗਾਂ ਤੋਂ ਗਾਂ ਆਪਣੇ ਬਸ ਹੈਗੀ। ਅਪੀਲ ਕਰਨਾ ਚਾਹੁੰਦੇ ਹੋਰ ਵੀ ਕਿਸਾਨਾਂ? ਅਪੀਲ ਇਹੀ ਕਰਨਾ ਚਾਹੁੰਦਾ ਵੀ ਜੇ ਤੁਸੀਂ ਵੇਚਣ ਜੋਗਾ ਨਹੀਂ ਬਣਾਉਣਾ ਕੰਮ ਕਰਨਾ, ਤੇ ਆਪਣੇ ਘਰ ਪ੍ਰਤੀ ਆਪਣੇ ਪਰਿਵਾਰ ਜੋਗਾ ਇੰਨਾ ਕੁ ਗੁੜ ਬਣਾ ਲਓ ਕਿ ਤੁਸੀਂ ਆਪਣੇ ਪਰਿਵਾਰ ਵਿੱਚ ਸ਼ੁੱਧਤਾ ਨਾਲ ਰਹਿ ਸਕੋ ਤੇ ਆਪਣੇ ਨਿਆਣਿਆਂ ਨੂੰ ਗਾਂ ਅੱਗੇ ਚੰਗੀ ਸਿੱਖਿਆ ਪ੍ਰਦਾਨ ਕਰ ਸਕੋ।